بسم اللہ الرحمن الرحیم السلام علیکم دوستو امید ہے سب دوست سب بھائی سب ویور خیریت نال ہوو دے دوستو ماشاءاللہ جی محمد ڈیری فارم ضلع سرگودا چک حیات پور جاوریاں دی ਤੁਸੀਂ ویڈیوز تصویراں پوسٹاں دیکھ دے رندے ہو چیک کردے رندے ہو دوستو انشاءاللہ اپنی پوری کوشش ہے کہ دوستاں واسطے اچھے تو اچھے جانور لے کے آنے تے مقول تے جائز قیمتاں ہیں دوستو ਦੋਸਤੋ ਮਾਲ ساری ਦੁਨੀਆ ਨੇ ਲਾਏ ਹੋਵੇ ਦਾ ਪਰ ਇੰਨਾ ਮੁੱਲਾਂ ਚ ਇੰਨਾ ਕੀਮਤਾ ਤੁਹਾਨੂੰ ਕੋਈ ਜਾਨਵਰ ਵਛੀਆਂ ਕੋ ਨਹੀਂ ਦੇਂਦਾ ਦੋਸਤੋ ਖਾਲੀ ਵਛੀਆਂ 2 2 ਸਵਾ 2 2 ਲੱਖ ਦੀਆਂ ਨੇ ਤੇ ਦੋਸਤੋ ਇਨਸ਼ਾਅੱਲਾ ਅੱਜ ਗਾਵਾਂ ਦੀਆਂ ਵੀ ਕੀਮਤਾ 2 2 ਸਵਾ 2 2 ਲੱਖ ਕਰ ਦੇਣੀਆਂ ਨੇ ਲੈਣੇ ਦੇਣੇ ਦੋਸਤੋ ਨਸੀਬ ਨੇ ਲੇਕਿਨ ਜਿਹੜਾ ਦੋਸਤ ਵੀਡੀਓ ਵੇਖੇ ਦਾ ਯਾਦ ਕਰੇ ਦਾ ਕਿ ਵਾਕਈ ਹੈ ਮੁੱਲ ਇਹ ਕੀਮਤਾ ਕੋਈ ਬੰਦਾ ਨਹੀਂ ਦੇਣ ਲੱਗਾ ਸਾਰਾ ਨੈੱਟ ਭਰੇ ਆ ਸਾਰੇ ਫਾਰਮ ਨੇ ਮੰਡੀਆਂ ਨੇ ਇੰਨਾ ਕੀਮਤਾਂ ਜਦ ਤੋਂ ਤੁਹਾਨੂੰ ਕੋਈ ਬੰਦਾ ਜਾਨਵਰ ਨਹੀਂ ਦੇਣ ਲੱਗਾ ਦੋਸਤੋ ਸਾਲਮ ਇੰਟਰਚੇਂਜ ਭੇਰਾ ਇੰਟਰਚੇਂਜ ਬਲਵਾਲ ਇੰਟਰਚੇਂਜ ਮੋਟਰਵੇ ਦੋਸਤੋ ਇਹ ਲੋਕੇਸ਼ਨ ਸਾਡੀ ਐ ਵੇ ਜੀ ਲੱਕ ਮੋੜ ਝਾਵਰੀਆਂ ਹਯਾਤਪੁਰ ਦੇ ਨਾਲ ਸਾਡਾ ਫਾਰਮ ਹੈ ਮੁਹੰਮਦ ਡੇਰੀ ਫਾਰਮ ਜੀ ਕੋਈ ਦੋਸਤ ਆਣਾ ਚਾਹੇ WhatsApp ਤੇ ਰਾਬਤਾ ਕਰ ਸਕਦਾ ਹੈ ਸਾਡੇ ਦੋਸਤ ਸਾਡੇ ਭਾਈ ਕੋਈ ਜਾਨਵਰ ਸਰ ਮੁਹੰਮਦ ਡੇਰੀ ਫਾਰਮ ਦਾ ਦੇਖਦੇ ਹੋ ਤਸਵੀਰ ਸਕਰੀਨ ਸ਼ਾਟ ਲੈ ਲੈਣਾ ਜੀ WhatsApp ਤੇ رابطہ ਕਰ ਲੈਣਾ ਭਾਈ ਇਹ ਜਾਨਵਰ ਪਸੰਦ ਦੇ ਉਹਦਾ ਬਿਆਨਨਾ ਟੋਕਨ ਕਰਾ ਦੇਣਾ ਆ ਜਾਣਾ ਕੋਈ دوست ਨਾ ਆ ਸਕੇ ਤੇ ਘਰ ਡਿਲੀਵਰੀ ਵੀ ਕਰਾਂ ਦੇ ਬਾਕੀ ਜਿਹੜਾ ਦੋਸਤ ਕੋਈ ਜਾਨਵਰ ਲੈਂਦਾ ਉਹਨੇ ਆਪਣਾ ਰੈਂਟ ਆਪਣਾ ਕਿਰਾਇਆ ਗਾੜੀ ਦਾ ਖੁਦ ਅਦਾ ਕਰਨਾ ਹੈ ਠੀਕ ਹੈ ਗਾੜੀ ਦਾ ਬੰਦੋਬਸ ਕਰਾਂ ਦੇ ਲੇਕਿਨ ਰੈਂਟ ਕਿਰਾਇਆ ਉਸ ਬੰਦੇ ਖੁਦ ਦੇਣਾ ਹੈ ਦੋਸਤੋ ਪਹਿਲੀ ਵੱਚੀ ਤੁਹਾਨੂੰ ਦਿਖਾਈ ਏ ਮੂੰਹ ਚ ਦੋ ਦੰਦ ਦੇ ਦੋਸਤੋ 2 ਲੱਖ 30 ਹਜ਼ਾਰ ਦੀ ਪਹਿਲੀ ਵੈਟ ਦੇ ਆਂਦੇ 2 ਲੱਖ 30000 ਦੀ ਸਿਰਫ 2 ਲੱਖ 30000 ਦੀ ਮੂੰਹ ਚ ਦੋ ਦੰਦ ਦੇ ਗੱਬਣੇ ਸੋਹਣਾ ਲੀਏ 10 15 ਦਿਨ ਲੈਂਦੀ ਕਦ ਬੋ ਦੇਖ ਲੋ ਪਿਓਰ ਇੰਪੋਰਟਡ ਬੱਛੀ ਦੋਸਤੋ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਦੋਸਤੋ ਰੈਡ ਫਰੀਜ਼ ਇਨਵਰਡ ਆ ਗਈ ਮਾਸ਼ਾਅੱਲਾ ਦੂਸਰਾ ਸੂਆ 6 ਦੰਦ ਜੀ ਪੌਡੀ ਮੋਨੀ ਓਰੀਜਨਲ ਜੀ ਕਦ ਬੋ ਦੇਖ ਲੋ ਦੋਸਤੋ ਪਤਲੇ ਵਰਗ ਦੀ ਥਾਨ ਪਾਵਰ ਅੱਲਾ ਚੰਗਾ ਥਾਨ ਲੱਗਿਆ ਵਹਿੜ ਨੂੰ ਜੀ ਬਾਕੀ ਮਾਸ਼ਾਅੱਲਾ ਚੀਜ਼ ਤੁਹਾਡੇ ਸਾਹਮਣੇ ਦੋਸਤੋ ਕਚੀਆਂ ਵਹਿੜਾਂ ਨੇ ਕਚੀਆਂ ਗਾਵਾਂ ਨੇ ਹਲੀ ਕੋਈ ਗਾਂ ਤਿਆਰ ਨਹੀਂ ਬਾਕੀ ਦੋਸਤੋ ਕੀਮਤਾਂ ਇਨਸ਼ਾਅੱਲਾ ਬਹੁਤ ਹੀ ਮਕੂਲ ਤੇ ਜਾਇਜ਼ ਦੋਸਤੋ ਇਹ ਦੂਸਰੇ ਨੰਬਰ ਤੇ ਗਾਂ ਹੈ ਜੀ ਇਹ ਗੱਬਣੇ ਛੇ ਦਾਂਦੇਸ ਦੂਸਰਾ ਸੁਬਾ ਸੋਣਾ ਹੈ ਦੂਸਰਾ ਪੇਟ ਹੈ ਲੋਕੇਸ਼ਨ ਇਹਦੀ ਵੀ ਹੋਈ ਹੈ ਜੀ ਮੁਹੰਮਦ ਡੇਰੀ ਫਾਰਮ ਦੋਸਤੋ ਇਹਦੀ ਵੀ ਕੀਮਤ ਕੋਈ 3.5 ਲੱਖ ਨਹੀਂ ਕੋਈ 4 ਲੱਖ ਨਹੀਂ ਕੋਈ 5 ਲੱਖ ਨਹੀਂ ਇੱਕ ਜਿੰਨੀ ਵੱਛੀ ਖਾਲੀ ਦੀ ਕੀਮਤ ਇਨਸ਼ਾਅੱਲਾ ਇਤਨੀ ਕੀਮਤ ਤੇ ਆਰ ਗਾਵਾਂ ਪਾਈਆਂ ਦਿਆਂਦੇ ਆਂਦੇ ਦੋਸਤੋ ਇਹ ਵੈਡਜਿਸ ਦੋਸਤ ਨੂੰ ਜਿਸ ਭਾਈ ਨੂੰ ਪਸੰਦ ਹੋਈ 235000 ਦੀ ਦੇ ਦੇ ਆਂਦੇ ਦੋਸਤੋ ਤੁਸੀਂ ਠੀਕ ਸੁਣਿਆ ਜੀ ਕੋਈ ਤਰੈ ਨਹੀਂ ਕੋਈ 3.5 ਲੱਖ ਨਹੀਂ ਰੈਡ ਫਰੀਜ਼ੀਅਨ ਵਾਇਰ ਬੋਡੀ ਮੋਰ ਨਹੀਂ origignal ਜੀ ਸਿਰਫ ਕੀਮਤ ਦੋਸਤੋ 235000 ਦੀ ਜਿਸ ਦੋਸਤ ਨੂੰ ਪਸੰਦ ਹੋਈ ਉਹ ਵੈਡ ਦੇ ਦੇ ਆਂਦੇ ਜੀ ਦੋਸਤੋ ਕੋਈ ਜਾਨਵਰ ਪਸੰਦ ਹੁੰਦਾ ਤਸਵੀਰ ਸਕਰੀਨਸ਼ਾਟ ਲੈ ਲੈਣਾ WhatsApp ਤੇ ਰਾਬਤਾ ਕਰ ਲੈਣਾ ਕਿ ਭਾਈ ਇਹ ਜਾਨਵਰ ਪਸੰਦ ਦੇ ਐਦਾ ਬਿਆਨਾ ਕਰਾਣੇ ਆ ਜਾਂ ਟੋਕਨ ਕਰਾਣੇ ਅਸੀਂ ਦੋਸਤੋ ਤੁਹਾਡੇ ਪਾਬੰਦ ਹੋ ਜਾਂਦੇ ਤੁਸੀਂ ਸਾਡੇ ਉਸ ਤੋਂ ਬਾਅਦ ਦੋਸਤੋ ਗੱਲਾਂ ਨਾਲ ਅਸਾਂ ਕੋਈ ਨਹੀਂ ਦੇਣੇ। ਨਾ ਹੀ ਗੱਲਾਂ ਨਾਲ ਅਸਾਂ ਖਰੀਦੇ ਨੇ। ਪੈਸੇ ਨਾਲ ਨੇ, ਪੈਸੇ ਨਾਲ ਮਾਲ ਦਿਆਂ ਦੇ, ਪੁੰਚਾਂ ਦੇ, ਡਿਲੀਵਰੀ ਕਰਾਂ ਦੇ। ਲੇਕਿਨ ਜਿਹੜਾ ਦੋਸਤ ਜਿਹੜਾ ਜਾਨਵਰ ਲੇਦਾ ਉਹ ਜਿਸ ਜਗ੍ਹਾ ਖੜਨਾ ਹੋਵੇ ਦਾ 1 ਲਵੋ, 2 ਲਵੋ, 3 ਲਵੋ, 4 ਲਵੋ, 6 ਲਵੋ। ਦੋਸਤੋ ਆਪਣਾ ਕਿਰਾਇਆ ਦੇਣੇ ਦਾ پابੰਦ ਹੋਵੇ ਦਾ। ਠੀਕ ਹੈ। ਡਿਲੀਵਰੀ ਦਾ ਮਤਲਬ ਇਹ ਕਿ ਦੋਸਤੋ ਅਸੀਂ ਗੱਡੀ ਤਾਂ ਬੰਦੋਬਸ ਕਰਕੇ ਦਿਆਂ ਦੇ, ਲੇਕਿਨ ਰੈਂਟ ਜਿਹੜਾ ਦੋਸਤ ਜਿਸ ਜਗ੍ਹਾ ਲੈ ਕੇ ਜਾਏ ਉਹਨੇ ਖੁਦ ਦੇਣਾ। ਦੋਸਤੋ ਉਸ ਤੋਂ ਬਾਅਦ ਇੱਕ ਪ્યોਰ ਆਸਟ੍ਰੇਲੀਅਨ ਬੱਛੀ ਆ ਗਈ ਜੀ ਮੂੰਹ ਚ ਚਾਰ ਦੰਦ ਵਾਇਰ ਦਾ ਕੱਦ ਦੇਖ ਲੋ ਥਣ ਦੇਖ ਲੋ ਨਸਲ ਦੇਖ ਲੋ ਚੀਜ਼ ਦੇਖ ਲੋ ਤੇ ਦੋਸਤੋ ਫਿਰ ਕੀਮਤ ਵੀ ਵੇਖ ਲੈਣੀ ਬੱਛੀ ਦੀ ਕਿਸ ਮੁੱਲ 'ਚ ਮੁਹੰਮਦ ਡੇਰੀ ਫਾਰਮ ਵਾਲੇ ਤੁਹਾਨੂੰ ਜਾਨਵਰ ਦੇ ਰਹੇ ਨੇ ਦੋਸਤੋ ਸੋਦੇ ਨਸੀਬਾਂ ਦੇ ਨੇ ਦੋਸਤੋ ਇਹ ਨਕੀਮਤਾ ਕੋਈ ਬੰਦਾ ਤੁਹਾਨੂੰ ਇਹ ਚੀਜ਼ਾਂ ਨਹੀਂ ਦੇਣ ਲਗਾ ਇਨਸ਼ਾਅੱਲਾ ਉਮੀਦ ਹੈ ਦੋਸਤੋ ਆਪਣੇ ਆਪੇ ਪੂਰਾ ਤੁਹਾਡਾ ਖਿਆਲ ਕਰਾਂ ਦੇ ਅਗਾਂ ਨਸੀਬ ਨੇ ਕੋਈ ਜ਼ਿਆਤੀ ਨਾ ਅੱਗੇ ਅਜ ਤੱਕ ਕੀਤੀ ਕਿਸੇ ਨਾਲ ਨਾ ਫੇਰ ਕਰਾਂ ਦੇ ਨਾ ਮੇਰਾ ਖੁਦਾ ਕਰਾਈ ਦੋਸਤੋ ਅਸੀਂ ਕੌਣ ਹੁੰਨੇ ਆ ਜਾਂ ਕੋਈ ਬੰਦਾ ਕੌਣ ਹੁੰਦਾ ਕਿਸੇ ਨਾਲ ਜ਼ਿਆਤੀ ਕਰਨ ਅੱਲਾ ਅੱਲਾ ਨਾ ਕਰਾਏ ਦੋਸਤੋ ਪਹਿਲਣ ਵੈਡ ਮੂਛ ਚਾਰ ਦੰਦ ਗੱਬਣ ਕੱਦ ਦੋਸਤੋ ਬੱਚੀ ਦਾ ਚੈੱਕ ਕਰ ਲੋ ਬਾਡੀ ਚੈੱਕ ਕਰ ਲੋ ਸਕੋਰ ਚੈੱਕ ਕਰ ਲੋ ਬੱਚੀ ਕੋਲ ਦੀ ਥਣ ਚੈੱਕ ਕਰ ਲੋ ਬੱਚੀ ਜਦੋਂ ਤੱਕ ਤਿਆਰ ਹੋਈ ਦੋਸਤੋ ਫੱਟੇ ਲਾ ਦੇ ਦੀ ਚੱਡੇ ਦੇ ਦੋਸਤੋ ਫਿਰ ਜੀ ਕੀਮਤ ਦੇਖੋ ਸਿਰਫ 2,50,000 ਰੁਪਏ ਆ 3ਰੇ ਨੰਬਰ ਬੱਚੀ ਦੀ ਮੂਛ ਚਾਰ ਦੰਦ ਗੱਬਣ ਸੋਣ ਵਾਲੀ ਹੈ 10 ਤੋਂ 15 ਦਿਨ ਲੈ ਦੀ ਬੱਚਾ ਦੇਣ ਦੋਸਤੋ 10-15 ਦਿਨ ਕੁ ਜਾਨਵਰ ਅਸੀਂ ਕਹਿੰਨੇ ਆ ਕੋਈ ਵਾਰੀ 2 ਦਿਨ 4 ਦਿਨ ਜਾਨਵਰ ਪਹਿਲੇ ਸੂ ਜਾਂਦਾ ਹੈ ਕਈ ਵਾਰੀ 2-4 ਦਿਨ ਬਾਅਦ ਹੀ ਸੂ ਜਾਂਦਾ ਹੈ ਦੋਸਤੋ ਜਾਨਵਰ ਦੀ ਫਿਕਸ ਡੇਟ ਕੋਈ ਵੀ ਨਹੀਂ ਹੁੰਦੀ ਅੱਲਾ ਪਾਕ ਦੇ ਹੁਕਮ ਨਾਲ ਜਾਨਵਰ ਨੇ ਬੱਚਾ ਦੇਣਾ ਹੁੰਦਾ ਜੀ 2-4 ਦਿਨ ਅੱਗੇ ਪਿੱਛੇ ਦੋਸਤੋ ਹੋ ਜਾਂਦਾ ਹੈ ਠੀਕ ਹੈ ਬਾਕੀ ਜਾਨਵਰ ਹੈ ਦੋਸਤੋ ਖੁਰਾਕ ਦਾ ਵੀ ਹੁੰਦਾ ਹੈ ਕਈ ਵਾਰੀ ਜਾਨਵਰ ਗੱਡੀ ਸਫਰ ਕਰਦਾ ਹੈ ਤੇ ਜਾਨਵਰ 2-4 ਦਿਨ ਅੱਗੇ ਪਿੱਛੇ ਕਰ ਜਾਂਦਾ ਕੁਝ ਜਾਨਵਰ ਇਨਕੇ 2-4 ਦਿਨ ਜ਼ਿਆਦਾ ਲੱਜਾਂਦੇ ਨੇ ਜੀ ਬਾਕੀ ਦੋਸਤੋ ਇਹ ਕੈਵਰ ਤੁਹਾਨੂੰ ਦਿਖਾ ਰਹੇ ਹਾਂ ਜੀ 3ਰੇ ਨੰਬਰ ਤੇ ਜੀ ਠੀਕ ਹੈ 2 ਲੱਖ 5000 ਦੀ ਵੇੜ ਦੇ ਆਂਦੇ ਪਹਿਲਾ ਸੂਆ 4 ਦੰਦ ਬੱਚੀ ਦੀ نسل ਚੈੱਕ ਕਰ ਲੋ ਕੱਦ ਬੁੱਤ ਚੈੱਕ ਕਰ ਲੋ ਦੋਸਤੋ 20 ਤੋਂ 22 ਲੀਟਰ ਦੁੱਧ ਦੇਣ ਵਾਲੀ ਵੇੜ ਇਹ ਪਹਿਲੇ ਸੂਏ ਜਿਹੜੀ نسل ਹੈ ਠੀਕ ਹੈ ਦੋਸਤੋ ਬਾਕੀ ਐਸ ਨਾ ਇਨਾਂ ਕੀਮਤਾਂ ਦੇ ਦੋਸਤੋ ਮੇਰੇ ਭਾਈਓ ਪਹਿਲਣਾ ਵਚੀਆਂ ਖਾਲੀ ਵਚੀਆਂ ਬੰਦੇ ਦੇ ਰਹੇ ਨੇ ਤੇ ਜਿਹੜੀ ਖਾਲੀ ਵਚੀਆਂ ਹਿਫਰਾ ਉਸ ਤੋਂ ਬਾਅਦ ਦੋਸਤੋ ਚੌਥੇ ਨੰਬਰ ਤੇ ਇੱਕ ਵੈਡ ਆ ਗਈ ਜੀ ਜਰਸੀ ਫਰੀਜ਼ ਇਨਕ੍ਰਾਸ ਵੈਡ ਜੀ ਮਾਸ਼ਾਅੱਲਾ ਦੋਸਤੋ ਬੜੇ ਵਜ਼ਨ ਵਾਲੀ ਵੈਡ ਬੜਾ weight ਹੈ ਬੜੀ ਲੰਬਾਈ ਵੈਡ ਕੋਲ ਬੜੀ ਦੋਰੀ ਵੈਡ ਹੈ ਦੋਸਤੋ ਬਹੁਤ ਬਹੁਤ ਟਾਪ ਕਲਾਸ ਚੀਜ਼ ਹੈ ਦੋਸਤੋ ਸੋਦਾ ਨਸੀਬ ਦਾ ਤੇ ਬਾਕੀ ਹੁਸਨ ਬਾਡੀ ਵੇਟ ਡਬਲ ਹੱਡੀ ਦੀ ਵੈੜੇ ਦੋਸਤੋ ਕਿਸੇ ਦੋਦ ਨੂੰ ਗਵਾਲਾ ਸੇ ਦੁੱਧ ਦਾ ਸਚਾਈ ਦੀ ਹੋਏ ਤੇ ਬੜੀ ਖਰੀ ਗਾਂ ਹੈ ਦੋਸਤੋ ਬਹੁਤ ਪਿਆਰਾ ਜਾਨਵਰ ਹੈ ਦੋਸਤੋ ਸੋਦਾ ਨਸੀਬ ਦਾ ਥਣ ਕਾਲਾ ਵੱਖ ਵੱਖ ਲਿਬਾਸ ਅੱਛਾ ਜੀ ਬੜਾ ਡੱਬੇ ਹਰ ਦੋਸਤੋ ਪੀੜੀ ਹਰ ਵੈੜ ਕੋ ਚੱਡੇ ਜੀ ਚਿੱਗੀ ਵੈੜ ਦੋਸਤੋ ਹੁਣ ਚਿੱਗੀ ਹੋਗੀ ਜੀ ਜਾਂ ਹੋ ਰਹੀ ਹੈ ਯਾਨੀ ਕਿ ਦੂਸਰਾ ਪੇਟ ਹੋਣਾ ਕਿ ਇੱਕ ਸੁਬਾ ਸੁਈ ਹੈ ਦੋਸਤੋ 24 25 ਲੀਟਰ ਦੋਸਤੋ ਵੈੜੀ ਦਾ ਦੁੱਧ ਦਾ ਰਿਕਾਰਡ ਹੈ ਮਾਸ਼ਾਅੱਲਾ ਜੀ ਤੇ ਇਨਸ਼ਾਅੱਲਾ ਦੋਸਤੋ 26 27 ਲੀਟਰ ਤੱਕ ਦੁੱਧ ਦੀ ਐਵਰੇਜ ਕਰਨ ਵਾਲੀ ਤੇ ਦੋਸਤੋ 26 27 ਲੀਟਰ ਤੱਕ ਦੁੱਧ ਮਾਸ਼ਾਅੱਲਾ ਦੋਸਤੋ ਜਿਹੜੀ ਗਾਂ ਹੈ ਨਾ 3.5 ਤੋਂ 4 ਲੱਖ ਦੀ ਲੱਭਦੀ ਤੇ ਜਿਹੜੇ ਦੋਸਤ ਜਿਹੜੇ ਭਾਈ ਨੂੰ ਪਸੰਦ ਹੋਈ 2.5 ਲੱਖ ਰੁਪਏ ਦੀ ਵੱੱਛੀ ਦੇ ਦਿਆਂ ਦੇ ਦੋਸਤੋ ਅੱਜ ਤੁਹਾਡੇ ਨਾਲ ਗੱਲਾਂ ਕੀਤੀਆਂ ਨੇ ਇਨਸ਼ਾਅੱਲਾ ਰੇਟ ਉਹ ਲਾਣੇ ਨੇ ਜਿਸ ਰੇਟ ਤੇ ਕੋਈ ਬੰਦਾ ਇਹ ਜਾਨਵਰ ਨਾ ਦੇ ਬਾਕੀ ਦੋਸਤੋ ਘਰ ਦੇ ਜਾਨਵਰ ਨਹੀਂ ਹੁੰਦੇ ਆਪਣੀ ਪੂਰੀ ਕੋਸ਼ਿਸ਼ ਕਰੀ ਦੀ ਕਿ ਜਾਨਵਰ ਬੜੇ ਜਾਇਜ਼ ਤੇ ਮਕੂਲ ਲੈ ਕੇ ਆਵੀਏ ਜੀ ਠੀਕ ਹੈ ਮਿਹਨਤ ਕਰ ਲਈ ਦੀ ਹੈ ਤੇ ਦੋਸਤੋ ਫਿਰ ਨਾ ਪੈਂਦਾ ਜਾਨਵਰ ਟੁੰਨਣ ਵਾਸਤੇ ਆਪਣੀ ਪੂਰੀ ਕੋਸ਼ਿਸ਼ ਕਰੀ ਦੀ ਜੀ ਤੇ ਬਾਕੀ ਦੋਸਤੋ ਸਾਰੇ ਦੋਸਤ ਨੇਟ ਵੀ ਵੇਂਦੇ ਨੇ ਮਾਲ ਵੀ ਤੁਹਾਡੇ ਸਾਹਮਣੇ ਰੇਟ ਵੀ ਤੁਹਾਡੇ ਸਾਹਮਣੇ ਨਕੀਮਤਾ ਵੀ ਤੇ ਹਾਲੀ ਦੋਸਤ ਖੁਸ਼ ਨਾ ਹੋਣ ਨਾ ਸਿੱਧੋ ਤੁਸੀਂ ਮੁਹੰਮਦ ਦੇ ਰਿਫਾਰਮ ਵਾਲਿਆਂ ਤੇ ਰਾਜ਼ੀ ਨਹੀਂ ਹੋ ਸਕਦੇ ਤੇ ਸਾਡੇ ਜਿੰਨੇ ਸਾਡੇ ਦੋਸਤ ਕੰਮ ਕਰ ਰਹੇ ਸਾਡੇ ਨਾਲ ਬੜੀ ਮਿਹਨਤ ਕਰਦੇ ਨੇ ਜੀ ਤੇ ਕੋਸ਼ਿਸ਼ ਕਰਿਆ ਕਰੋ ਵੀਡੀਓ ਲਾਈਕ ਸ਼ੇਅਰ ਕਰ ਦਿਆ ਕਰੋ ਹੌਸਲਾ ਵਧਾਈ ਹੋ ਜਾਂਦੀ ਦੋਸਤੋ ਰੋਜ਼ੀ ਤਿਆਰ ਬੰਦਾ ਕਮਾ ਰਿਹਾ ਕੋਈ ਥੋੜੀ ਕਮਾ ਰਿਹਾ ਕੋਈ ਜ਼ਿਆਦਾ ਕਮਾ ਰਿਹਾ ਜੋ ਜਿੰਦਾ ਨਸੀਬ ਹੈ ਦੋਸਤੋ ਮਿਲਣਾ ਹੀ ਮਿਲਣਾ ਇੱਕ ਤੋਂ ਅਨੁਸ਼ੋਕ ਕਰਾਂਦੇ ਨੇ ਇੱਕ ਤੋਂ ਘਰ ਬੈਠੇ ਜਾਨਵਰ ਮਈਆ ਕਰਦੇ ਨੇ ਇੱਕ ਤੁਹਾਡੇ ਘਰ ਬੈਠੇ ਤੁਸੀਂ ਘਰ ਦੋਸਤੋ ਜ਼ਿਆਦਾਤਰ ਅਸੀਂ ਆਨਲਾਈਨ ਜਾਨਵਰ ਦੇ ਰਹੇ ਆ ਜਿਹੜਾ ਦੋਸਤ ਇਸ ਜਗ੍ਹਾ ਕਹਿੰਦੇ ਅਸੀਂ ਪੁੰਚਾ ਦੇਨੇ ਆ ਠੀਕ ਹੈ ਡਿਲੀਵਰੀ ਦੀ ਸਹੂਲਤ ਦੇਣੇ ਆ ਲੇਕਿਨ ਰੈਂਟ ਕਿਰਾਇਆ ਦੋਸਤੋ ਜਿਹੜਾ ਦੋਸਤ ਲੈ ਜਾਂਦੇ ਉਹਨੇ ਖੁਦ ਪੇ ਕਰਨਾ ਹੈ ਬਾਰ ਬਾਰ ਗੱਲ ਤੁਹਾਡਾ ਨਖੇੜਨੇ ਆ ਜੀ ਨਖੇੜ ਦੋਸਤੋ ਕੇ ਕਲੀਅਰ ਕਰਨੇ ਆ ਦੋਸਤੋ ਦੂਸਰਾ ਸੁਬਾ ਵੈੜ 4 ਨੰਬਰ ਗਾਂ ਹੈ 6 ਦੰਦ ਦੇ ਗੱਬਣੇ ਸੋਣ ਲਈ 10 15 ਦਿਨ ਲੈਂਦੀ ਹੈ ਜਰਸੀ ਫਰੀਜ਼ ਇਨ ਕਰਾਸ ਵੈੜ 2 ਲੱਖ 50 ਹਜ਼ਾਰ ਰੁਪਏ ਕੀਮਤ ਉਸ ਤੋਂ ਬਾਅਦ ਪਹਿਲਣ ਵੱਚੀ ਦੋਸਤੋ ਪਿਓਰ ਆਸਟ੍ਰੇਲੀਅਨ ਵੈੜ ਆ ਗਈ ਜੀ ਮੂੰਚ 2 ਦੰਦ ਦੋਸਤੋ ਪੈਲਣ ਹੋ ਕੇ ਦੋਸਤੋ ਵੈੜੀ ਕੋ ਕੱਦ ਦੇਖ ਲੋ ਵੈੜੀ ਦੀ ਵੇਲ ਦੇਖ ਲੋ ਕੱਚੀ ਦੋਸਤੋ 20 ਦਿਨ ਬੱਚੀ ਕੱਚੀ ਆ ਵੇ ਕੱਚੀ ਤੁਮਰਾ ਦੋਸਤੋ 20 ਦਿਨ ਵੈਲ ਲੈਂਦੀ ਏ ਲਈ ਤਿਆਰੀ ਚ ਲੇਕਿਨ ਦੋਸਤੋ ਥਾਨ ਲਿਬਾਸ ਬਾਡੀ ਹੁਸਨ ਬੱਚੀ ਦਾ ਦੇਖ ਲੋ ਰੇਟ ਵੀ ਤੁਹਾਨੂੰ ਦੋਸਤੋ ਮਕਬੂਲ ਤੇ ਜਾਇਜ਼ ਦੇ ਆਂਦੇ ਬੱਚੇ ਕੋਈ ਲੰਮੇ ਮੁੱਲ ਨਹੀਂ ਬੱਚੀ ਦੇ ਕਰਨੇ ਬਾਕੀ ਦੋਸਤੋ ਵੈੜੀ ਦੀ ਡੈਕੋਰੇਸ਼ਨ ਜਿਹੜੀ ਤੁਹਾਡੇ ਸਾਹਮਣੇ ਕੋਈ ਡੈਕੋਰੇਸ਼ਨ ਦੇ ਪੈਸੇ ਨਹੀਂ ਲੈਣੇ ਕੋਈ ਦੋਸਤੋ ਕੋਈ ਨਹੀਂ ਲੈਸ ਤੇ ਮਕੂਲ ਦੀਆਂ ਗੱਲਾਂ ਕਰਨੀਆਂ ਨੇ ਬੱਚੀ ਦੀਆਂ 275000 ਦੀ ਵੈੜ ਦੀਆਂ ਨੇ ਦੋਸਤੋ ਬੱਚੀ ਕੋ ਥਣ ਦੇਖ ਲਓ ਪਾਵਰ ਆਲਾ ਕਿੱਲੇ ਬੱਚੀ ਨੇ ਹਲੀ ਠੋਕੇ ਬੜੀ ਪਿਆਰੀ ਵੈੜ ਹੈ ਬੜੀ ਦੋਸਤੋ ਪੁੱਠਾ ਚੜਾ ਵੱਡੇ ਪੁੱਠੇ ਦੀ ਗਾਂ ਹੈ ਮਾਸ਼ਾਅੱਲਾ ਵੈੜੀ ਬਹੁਤ ਖਰੀ ਬੱਚੀ ਹੋਵੇ ਦੀ ਦੁੰਦੀ ਵੈੜ ਹੈ ਦੋਸਤੋ 2 ਸਵਾ 2 ਸਾਲ ਹਲੀ ਵੈੜ ਦੀ ਉਮਰ ਹੈ ਗੱਬਰ ਨੇ ਸੋਹਣਾ ਲੀਏ ਦੋਸਤੋ ਮਾਂ ਅੱਛੀ ਦਿੱਤੀ ਹੈ ਦੋਸਤੋ ਚੰਗੀਆਂ ਦੀਆਂ گاਵਾਆਂ ਦੀਆਂ ਚੰਗੀਆਂ ਹੁੰਦੀਆਂ ਨੇ ਜਿ ਵੱਛੀਆਂ ਪਹਿਲਣ ਹੋ ਕੇ ਦੋਸਤੋ ਮਾਸ਼ਾਅੱਲਾ ਪੂਰੀ ਗਾਂ ਹੈ 2 ਲੱਖ ਤੇ 75000 ਰੁਪਏ ਦੋਸਤੋ ਵੈੜ ਦੀ ਕੀਮਤ ਹੈ ਠੀਕ ਹੈ ਗੱਬਣੇ ਸੋਹਣਾ ਲੀਏ ਦੁੰਦੀ ਵੱਛੀ ਦੋਸਤੋ ਪੰਜ ਨੰਬਰ ਵੈੜ ਹੈ ਦੋਸਤੋ ਕੋਈ ਭਾਈ ਕੋਈ ਦੋਸਤ ਇਨਰਜੂ ਕੋਈ ਇੱਕ ਲੈਣਾ ਚਾਹੇ ਜਾਨਵਰ ਕੋਈ ਦੋ ਲੈਣਾ ਚਾਹੇ ਕੋਈ ਤਿੰਨ ਕੋਈ ਚਾਰ ਕੋਈ ਪੰਜ ਕੋਈ 6 ਜਿੰਨੇ ਜਾਨਵਰ ਜਿਸ ਦੋਸਤ ਨੂੰ ਜਿਹੜਾ ਜਿਹੜਾ ਜਾਨਵਰ ਪਸੰਦ ਆਵੇ ਤਸਵੀਰ ਸਕਰੀਨਸ਼ਾਟ ਲੈ ਲੈਣਾ WhatsApp ਤੇ رابطہ ਕਰ ਲੈਣਾ ਉਹਦੀ ਵਜ੍ਹਾ ਹੈ ਦੋਸਤੋ ਅਸੀਂ ਜਾਨਵਰ ਲਾਏ ਹੁੰਦੇ ਨੇ ਕਾਫੀ ਸਾਰੇ ਕੁਝ ਨਵੇਂ ਹੁੰਦੇ ਨੇ ਕੁਝ ਪੁਰਾਣੀਆਂ ਵੀਡੀਓ ਵਾਇਰਲ ਹੋਈਆਂ ਹੁੰਦੀਆਂ ਨੇ ਚੱਲ ਰਹੀਆਂ ਹੁੰਦੀਆਂ ਨੇ ਐਡ ਚੱਲ ਰਹੇ ਹੁੰਦੇ ਨੇ ਯਾਰ ਇਹ ਜਾਨਵਰ ਖੜਾ ਹੈ ਜਾਂ ਨਹੀਂ ਠੀਕ ਹੈ ਕਨਫਰਮ ਹੋ ਜਾਂਦਾ ਹੈ ਦੋਸਤੋ ਇਸ ਵੀਡੀਓ ਜਿਹੜੇ ਜਾਨਵਰ ਨੇ ਠੀਕ ਹੈ ਇਸ ਤੋਂ ਇਲਾਵਾ ਦੋਸਤੋ ਸਭ ਮਾਲ ਸਾਡਾ ਸੇਲ ਹੋ ਗਿਆ ਅਲhamdulillah ਅੱਲਾ ਦਾ ਸ਼ੁਕਰ ਹੈ ਦੋਸਤੋ ਇੱਕ ਦਿਨ ਵੀਡੀਓ ਲਾਣੇ ਆ ਦੋ ਤਿੰਨ ਦਿਨ ਦੇ ਅੰਦਰ ਸਾਡੇ ਜਾਨਵਰ ਸੇਲ ਹੋ ਜਾਂਦੇ ਠੀਕ ਹੈ ਪਹਿਲੇ ਦੂਜੇ ਦਿਨ ਹੀ ਹੋ ਜਾਂਦੇ ਨੇ ਫਿਰ ਜਾਨਵਰ ਖੜੇ ਹੁੰਦੇ ਨੇ ਜੀ ਕੋਈ ਕਦੀ ਕਿਸੇ ਪੇਮੈਂਟ ਕਲੀਅਰ ਕਰਨੀ ਕਿਸੇ ਦੀ ਲੋਡ ਡੰਗੇ ਕਿਸੇ ਦੀ ਗੱਡੀ ਦਾ ਬਰੋਲਾ ਫਿਰ ਜਿਸ ਜੈਸਾ ਅਗਲੇ ਬੰਦੇ ਨਿਜ਼ਾਮ ਬਣਾਣਾ ਐ ਸਾ ਵਿੱਚ ਜਾਨਵਰ ਪੁੰਚਾਣਾ ਜੀ ਠੀਕ ਹੋ ਗਿਆ ਦੋਸਤੋ ਫੇਰ ਦੁਬਾਰਾ ਦੱਸ ਦੇਣਾ ਜੀ ਪਹਿਲਣ ਵੈਡ ਮੂਛ ਦੋ ਦੰਦ ਗੱਬਣ ਪਹਿਲਾ ਸੂਹਾ ਸੋਣ ਵਾਲੀ ਏ 20 ਦਿਨ ਬੱਚੀ ਲੈਂਦੀ ਏ ਜੀ ਬੱਚੀ ਦੀ ਕੀਮਤ ਹੈ 275000 ਲੋਕੇਸ਼ਨ ਜ਼ਿਲ੍ਹਾ ਸਰਗੋਦਾ ਮੁਹੰਮਦ ਡੇਰੀ ਫਾਰਮ ਹੈ ਜੀ ਇਸ ਤੋਂ ਇਲਾਵਾ ਦੋਸਤੋ ਕੋਈ ਮਾਲੂਮਾਤ ਚਾਹੁੰਦਾ ਹੋਵੇ ਕੋਈ ਦੋਸਤ ਕੋਈ ਗੱਲ ਅਸੀਂ ਰਹਿ ਜਾਂਦੀ ਸ਼ਾਇਦ ਨਾ ਵੀਡੀਓ ਦੱਸ ਸਕੀਏ ਬੰਦਾ ਭੁੱਲ ਜਾਂਦਾ ਜੀ ਸ਼ਾਇਦ ਕੁਝ ਤੁਸੀਂ ਗੱਲ ਪੁੱਛਣਾ ਚਾਹੁੰਦੇ ਹੋ ਤੇ ਪੁੱਛ ਸਕਦੇ ਹੋ ਦੋਸਤੋ ਠੀਕ ਹੈ ਆਪਣੇ ਨੂੰ ਪੂਰੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਕਿ ਪੂਰੀ ਤੁਹਾਨੂੰ ਮੁਕੰਮਲ ਮਾਲੂਮਾਤ ਵੀਡੀਓ ਚ ਮਿਲੇ ਮੁਕੰਮਲ ਜਾਨਵਰਾਂ ਦੀ ਤਫਸੀਲ ਮਿਲੇ ਤਾਂ ਕਿ ਤੁਹਾਡੇ ਵਾਸਤੇ ਦੋਸਤੋ ਆਸਾਨੀ ਹੋਵੇ ਸਾਡੇ ਵਾਸਤੇ ਵੀ ਆਸਾਨੀ ਹੁੰਦੀ ਕਿ ਤੁਹਾਨੂੰ ਡਿਟੇਲ ਲੱਭ ਜਾਂਦੀ ਕੀਮਤਾਂ ਸੂਵਾ ਦੁੱਧ ਥਣ ਦੰਦ ਲੋਕੇਸ਼ਨ ਕਿ ਦੋਸਤੋ ਕਿ ਜਿਸ ਬੰਦੇ ਨੇ ਜਿਹੜਾ ਜਾਨਵਰ ਪਸੰਦ ਹੋਵੇ ਦਾ ਮਾਲੂਮਾਤ ਉਹਦੇ ਕੋਲ ਹੋਵੇ ਦੀ ਬੰਦਾ ਉਹ ਹੀ ਰਾਬਤਾ ਕਰੇ ਦਾ ਜਿਹਨੂੰ ਜੇ ਗੋਲ ਸਮਝ ਆਂਦੀ ਹੋਵੇ ਦੋਸਤੋ ਕਿ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਬੰਦਾ ਸਾਡੇ ਨਾਲ ਰਾਬਤਾ ਕਰੇ ਅਸੀਂ ਉਹਨੂੰ ਰੀਪਲੇ ਕਰੀਏ ਕਿਉਂਕਿ ਦੋਸਤੋ ਇਤਨੀ ਕੋ ਕਾਲ ਹੁੰਦੀ ਇਤਨਾ ਕੋ ਮੈਸੇਜ ਹੁੰਦਾ ਹੈ ਕਿ ਸਾਰਾ ਦਿਨ ਦੋਸਤੋ ਰੀਪਲੇ ਕਰੀਦਾ ਹੈ ਫਿਰ ਵੀ ਕਈ ਦੋਸਤ ਨਰਾਜ਼ ਹੋ ਨੇ ਯਾਰ ਤੁਸੀਂ ਮੈਸੇਜ ਦਾ ਲੇਟ ਰਿਪਲਾਈ ਕਰਦੇ ਹੋ ਦੋਸਤੋ ਮਾਫਰ ਚਾਹਨੇ ਆ ਕਾਲ ਮੈਸੇਜ ਦੋਸਤੋ ਬਹੁਤ ਜ਼ਿਆਦਾ ਹੁੰਦਾ ਫਿਰ ਇਤਨੇ ਦੋਸਤ ਭਾਈ ਮਹਿਮਾਨ ਡੇਰੇ ਤੇ ਫਾਰਮ ਤੇ ਆਏ ਹੁੰਨੇ ਨੇ ਕਈ ਵਾਰੀ ਦੋਸਤੋ ਸਭ ਨੂੰ ਅਸਾਂ ਵਕਤ ਦੇਣਾ ਹੁੰਦਾ ਦੋਸਤੋ ਆਖਰੀ ਨੰਬਰ ਗਾਂ ਜੀ ਸੋਦੇ ਨਸੀਬ ਦੇ ਲੈਣੇ ਦੇੜੇ ਨਸੀਬ ਨੇ ਦੋਸਤੋ ਤੇ ਮਾਸ਼ਾਅੱਲਾ ਜ਼ਰੂਰ ਬਣਦੀ ਏ ਤੇ ਹੀਰਾ ਹੀਰਾ ਤੇ ਦੋਸਤੋ ਹੀਰੇ ਸਾਰਿਆਂ ਕੋ ਨਹੀਂ ਨੇ ਕਦੀ ਕਦੀ ਜੰਮਦੀਆਂ ਨੇ ਤੇ ਕਦੀ ਕਦੀ ਇਹ ਬੁਝੀਆਂ ਲੱਭਦੀਆਂ ਨੇ ਤੇ ਦੋਸਤੋ ਹੀਰਾ ਪੈਲਣ ਵੱਚੀ ਦੋ ਦੰਦ ਦੋਸਤੋ ਮਾਸ਼ਾਅੱਲਾ ਜੀ ਹੀਰਾ ਜੀ ਜਿਸ ਦੋਸਤ ਨੂੰ ਪਸੰਦ ਹੋਵੇ ਰਾਬਤਾ ਕਰ ਸਕਦਾ ਜੀ ਦੋਸਤੋ ਇਹਦੀ ਵੀ ਕੀਮਤਾ ਕੋਈ ਨਹੀਂ ਲੰਮੀਆਂ ਕਰਨੀਆਂ ਕੋਈ ਨਹੀਂ 5-7 ਲੱਖ ਮੰਗਣਾ ਕੋਈ ਨਹੀਂ ਲੰਮੀਆਂ ਕੋਣੀਆਂ ਤੁਹਾਡੇ ਨਾਲ ਦੋਸਤੋ ਜਿਸ ਬੰਦੇ ਨੂੰ ਜਿਸ ਦੋਸਤ ਨੂੰ ਆਖਰੀ 6 ਨੰਬਰ ਵੱਚੀ ਪਸੰਦ ਹੋਵੇ ਦੋਸਤੋ ਪੈਲਣ ਵੇੜ ਦੋਸਤੋ ਬਾਕੀ ਹੁਸਨ ਤੁਹਾਡੇ ਕੱਚੀ ਵੇੜੇ ਦੋਸਤੋ ਇਹਨੇ 10-15 ਦਿਨ ਲਈ ਸੂ ਵੀ ਚ ਰਹਿੰਦੇ ਨੇ ਤੇ ਜਿਸ ਘਰੂ ਲਈ ਏ ਜਿਸ ਫਾਰਮ ਵਿੱਚ ਵੱਚੀ ਆਈ ਏ ਦੋਸਤੋ ਕਿ ਦੋਸਤੋ ਜਿਹੜਾ ਜਾਨਵਰ ਉਸ ਘਰੋਂ ਲਿਆ ਜਿਹੜਾ ਜਾਨਵਰ ਉਸ ਫਾਰਮ ਦਾ ਲਿਆ ਨਾ ਦੋਸਤੋ ਖੀਰ ਕਰ ਦਿੱਤੀ ਹੈ ਨਸਲਾਂ ਤੇ ਗੱਲ ਮੁੱਕਦੀ ਦੋਸਤੋ ਵਾਕਈ ਕਿ ਬੰਦਿਆਂ ਨੇ ਜਿੰਨਾ ਜਿੰਨਾ ਘਰਾਂ ਕੋਲ ਮਾਲ ਹੁੰਦਾ ਨਾ ਦੋਸਤੋ ਜਿੰਨਾ ਚੰਗੇ ਦਾ ਚੰਗੇ ਜਾਨਵਰ ਨੇ ਤੇ ਮਾਸ਼ਾਅੱਲਾ ਦੋਸਤੋ ਰਈਸਾਂ ਦੇ ਘਰੋਂ ਆਈ ਹੈ ਬੱਚੀ ਸੋਦੇ ਨਸੀਬ ਦੇ ਨੇ ਦੋਸਤੋ ਬੱਚੀ ਦੀ ਜਿਹੜਾ ਕੀਮਤ ਹੈ ਦੋਸਤੋ ਬੱਚੀ ਇਹ 5 ਲੱਖ ਦੀ ਲੇਕਿਨ ਕੀਮਤ ਮਕੂਲ ਤੇ ਜਾਇਜ਼ ਕਰਕੇ ਬੱਚੀ ਦੇ ਆਂਦੇ 390000 ਦੀ ਵੇਚਦੇ ਆਂਦੇ ਦੋਸਤੋ ਪੈਲਣ ਮੁੱਛ ਦੋ ਦੰਦ ਦੁੰਦੀ ਵੱਛੀ ਸੋਦਾ ਨਸੀਬ ਦਾ ਦੋਸਤੋ ਵੇੜੀ ਦਾ ਹੁਸਨ ਵੇਖ ਲੋ ਵੇੜੀ ਕੋ ਰੰਗ ਵੇਖ ਲੋ ਨਸਲ ਵੇਖ ਲੋ ਥਣ ਲਿਬਾਸ ਚੈੱਕ ਕਰ ਲੋ ਦੋਸਤੋ ਮਾਸ਼ਾਅੱਲਾ ਦੋਸਤੋ ਅੱਲਾ ਦੇ ਹੁਕਮ ਨਾਲ ਪਹਿਲੇ ਸੂਵੇ ਤਰੀ ਤੋਂ 32 ਲੀਟਰ ਦੀ ਐਵਰੇਜ ਵਾਲੀ ਵੱਛੀ ਹੈ ਦੁੱਧ ਦੀ ਬਾਕੀ ਸਿਰਫ ਦੋਸਤੋ ਦੁੱਧ ਦੀ ਗੱਲ ਨਹੀਂ ਹੁੰਦੀ ਠੀਕ ਹੈ ਜਾਨਵਰ ਦੀ ਉਮਰ ਜਾਨਵਰ ਦੀ ਨਸਲ ਜਾਨਵਰ ਦਾ ਰੰਗ ਕੱਦ ਬਹੁਤ ਇਹਦਾ ਥਣ ਇਹਦਾ ਲਿਬਾਸ ਦੋਸਤੋ ਸਾਰੀ ਚੀਜ਼ਾਂ ਮਾਇਨੇ ਰਖਦੀਆਂ ਨੇ ਸਾਰੀ ਚੀਜ਼ਾਂ ਗੱਲ ਕਰਦੀਆਂ ਨੇ ਤੇ ਐਵੋ ਜਿਆਨਵਰ ਦੋਸਤੋ 1 ਕਿਲੋ ਘੱਟ ਵੀ ਦੁੱਧ ਦੇਣਾ ਫਾਰਮ ਤੇ ਜਾਂ ਡੇਰੇ ਤੇ ਜਾਂ ਘਰ ਮੌਜੂਦ ਹੋਵੇ ਤੇ ਬੰਦਾ ਵੇਖ ਵੇਖ ਕੇ ਖੁਸ਼ ਹੁੰਦਾ ਮਾਸ਼ਾਅੱਲਾ ਜੀ ਸੋਦਾ ਨਸੀਬ ਦਾ ਆਖਰੀ ਜਾਨਵਰ 6 ਨੰਬਰ ਵਛੀ ਪਹਿਲਾ ਸੁਵਾ ਦੋ ਦੰਦ ਕੀਮਤ 390000 ਲੋਕੇਸ਼ਨ ਜ਼ਿਲ੍ਹਾ ਸਰਗੋਦਾ ਕੋਈ ਦੋਸਤ ਪਸੰਦ ਕਰਨਾ ਚਾਵੇ ਕਰ ਸਕਦਾ ਹੈ ਜਾਨਵਰ ਨੇ 6 ਵੀਡੀਓ ਵਿੱਚ ਜਿਹੜੇ ਦੋਸਤ ਨੂੰ ਜਿਹੜਾ ਪਸੰਦ ਹੋਵੇ ਜਾਨਵਰ ਤਸਵੀਰ ਸਕਰੀਨਸ਼ਾਟ ਲੈ ਕੇ WhatsApp ਤੇ ਰਾਤ ਤੱਕ ਕਰ ਸਕਦਾ ਹੈ ਮੁਹੰਮਦ ਡੇਰੀ ਫਾਰਮ ਫਾਰਮ ਦਾ ਵਿਜ਼ਿਟ ਕਰ ਸਕਦਾ ਹੈ ਦੋਸਤੋ ਮੌਕੇ ਤੇ ਆਓ ਦੇਖੋ ਜਾਨਵਰ ਚੈੱਕ ਕਰੋ ਦੰਦ ਦੇਖੋ ਥਣ ਦੇਖੋ ਗੱਡੀ ਬਣਾਓ ਆਪਣੇ ਜਾਨਵਰ ਲੈ ਜੋ ਪੇਮੈਂਟ ਦਿਓ ਠੀਕ ਹੈ ਦੋਸਤੋ ਬਾਕੀ ਦੋਸਤੋ ਜਿੰਨਾ ਮਾਲ ਹੁੰਦਾ ਸਾਡਾ ਅਸੀਂ ਕੈਸ਼ ਤੇ ਕੰਮ ਕਰਨੇ ਆ ਕੋਈ ਸਾਡਾ ਕ੍ਰੈਡਿਟ ਕੋਈ ਆਧਾਰ ਵਾਲਾ ਕੋਈ ਨਿਜ਼ਾਮ ਨਹੀਂ ਠੀਕ ਹੈ ਤੁਸੀਂ ਪੇਮੈਂਟ ਦੇਣੀ ਅਸੀਂ ਤਾਂ ਜਾਨਵਰ ਦੇ ਦੇਣੇ ਆ ਠੀਕ ਹੈ ਦੋਸਤੋ ਸਾਰੀ ਦੁਨੀਆ ਨਾਲੋਂ ਤੁਹਾਨੂੰ 70000 ਜਾਨਵਰ ਰਹਿਤ ਦੇ ਆਂਦੇ ਕਮ ਕੀਮਤਾ ਲਾਂਦੇ ਬੜਾ ਮਕੂਲ 2 4000 ਦੋਸਤੋ ਪ੍ਰਾਫਿਟ ਰੱਖ ਕੇ ਤੁਹਾਨੂੰ ਕੀਮਤਾ ਦੱਸ ਦਿੱਤੀਆਂ ਨੇ ਠੀਕ ਹੈ ਤੇ ਬਾਕੀ ਇਨਸ਼ਾਅੱਲਾ ਦੋਸਤੋ ਅੱਲਾਹ ਪਾਕ ਖੈਰ ਕਰੇ ਸੌਦੇ ਨਸੀਬ ਦੇ ਨੇ ਆਖਰੀ ਵਛੀਆਂ ਦੋਸਤੋ ਮੂੰਹ ਚ ਦੋ ਦੋ ਦੰਦ ਨੇ ਗੱਬਣਾ ਨੇ ਸੂਣ ਵਾਲੀਆਂ ਨੇ ਦੋਸਤੋ ਅੱਲਾਹ ਪਾਕ ਇਹਨਾਂ ਦੇ ਸਾਲ ਲੰਮੇ ਕਰੇ ਦੋਸਤੋ ਅੱਲਾਹ ਪਾਕ ਇਹਨਾਂ ਦੀ ਜ਼ਿੰਦਗੀ ਕਰੇ ਦੋਸਤੋ ਤੇ ਦੋਵੇਂ ਬੱਚੀਆਂ ਨੇ ਦੋਸਤੋ ਦੋਵੇਂ ਬੱਚੀਆਂ ਜਿਸ ਦੋਸਤ ਨੂੰ ਪਸੰਦ ਹੋਈਆਂ ਦੋਵੇਂ ਵੀ ਦੇ ਦਿਆਂ ਦੇ ਦੋਸਤੋ ਪਹਿਲਾ ਪਹਿਲਾ ਸੁਬਾ ਨੇ ਦੋ ਦੋ ਦੰਦ ਨੇ ਕੱਬਣ ਠੀਕ ਹੈ ਕਿਸੇ ਨੂੰ ਇੱਕ ਪਸੰਦ ਹੋਵੇ ਇੱਕ ਮਿਲ ਜੇ ਦੀ ਜੋੜਾ ਪਸੰਦ ਹੋਇਆ ਜੋੜਾ ਮਿਲ ਜੇ ਦਾ ਇਨਸ਼ਾਅੱਲਾ ਦੋਸਤੋ ਇੱਕ ਨਵੀਂ ਵੀਡੀਓ ਨਾਲ ਫਿਰ ਮਿਲਾਂਗੇ ਇੱਕ ਬੱਚੀ ਦੀ ਡਿਮਾਂਡ ਹੈ ਦੋਸਤੋ ਇਹਦੇ ਵਿੱਚ 390 ਇੱਕ ਵੱਛੀਏ ਉਹਦੀ ਡਿਮਾਂਡ ਹੈ 275 ਅਲੈਦਾ ਅਲੈਦਾ ਵੀ ਦੱਸ ਦਿੱਤੀਆਂ ਨੇ ਇਕੱਠੀਆਂ ਅਸਲਾਮੁਅਲੈਕੁਮ ਨਨਸ਼ਾਅੱਲਾ ਇੱਕ ਨਵੀਂ ਵੀਡੀਓ ਨਾਲ ਫੇਰ ਮਿਲਾਂਦੇ ਦੁਆਵਾਂ ਯਾਦ ਰੱਖਣਾ ਜੀ ਆਪਰਾ ਖਿਆਲ ਰੱਖਣਾ ਜੀ ਫੀ ਅਮਾਨ ਅੱਲਾਹ